मेरे बताना पैना भी हजूर साहबान सारे इकट्ठे हो गए ने अज खुशियां दा भागा प्रया दिन आ गया। पिछे शहर ने बड़ी सोहनी गल लिखी है, वह कहता बाबा भाग प्रया चढ़िया दिन सोना हर पासे नूं सुनाई होवे जो सरसे वाला फड़िया गया सी चार पांच साल की पहला की गल है मेरे ख्याल से
ਤੇ ਮੇਰਾ ਬੱਚਾ ਛੋਟਾ ਜੀ ਅਸੀਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਚਲੇ ਗਏ ਨੇ। ਰਿਸ਼ਤੇਦਾਰੀ ਦੇ ਵਿੱਚ ਜਾ ਕੇ ਇੱਕ ਹੋਰ ਰਿਸ਼ਤੇਦਾਰ ਨੇ ਮੇਰੇ ਨਾਨਕੇ ਦੇ ਉੱਥੇ ਗਏ ਸੀ, ਜਿਹੜਾ ਮੇਰੇ ਮਾਮੇ ਦਾ ਮੁੰਡਾ ਸੀ ਉਹ ਵੀ ਸਰਸੇ ਦੇ ਕੋਲ ਜਾਇਆ ਕਰਦੇ, ਸਰਸੇ ਵਾਲੇ ਸਾਹਿਬ ਦੇ ਕੋਲ। ਮੈਂ ਆਪਣੀ ਜਿਹੜੀ ਆਪਣੇ ਨਾਲ ਅੱਡ ਕੀਤੀ ਆਪਣੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ। ਮੈਂ ਆਪਣੇ ਮਾਮੇ ਦੇ ਇੱਕ ਦਾ ਘਰ ਛੱਡ ਕੇ ਉਹ ਤੋਂ ਦੂਜੇ ਘਰ ਜਾਣ ਲੱਗਾ। ਉਹ ਜਿਹੜਾ ਮੇਰੇ ਮਾਮੇ ਦਾ ਮੁੰਡਾ ਸੀ ਗੇੜ ਦੇ ਵਿੱਚ ਖਲੋਤਾ, ਕਹਿਣ ਲੱਗਾ ਭਰਾ ਜੀ ਸੱਸੀ ਨੇ ਅੱਗੇ ਲੰਘਿਆ ਜਾਂਦਾ ਭਾਜ ਮੇਰਾ ਘਰ ਛੱਡ ਕੇ। ਮੈਂ ਵੀਰ ਜੀ ਆਉਂਦਾ ਵਾ, ਮੈਨੂੰ ਪਤਾ ਸੀ ਮੈਂ ਸਰਸੇ ਵਾਲਾ ਚੇਲਾ, ਮੈਂ ਨਹੀਂ ਇਹਦੇ ਘਰ ਜਾਣਾ। ਆਖਿਰਕਾਰ ਉਹ ਸਭ ਤੱਕੇ ਤੋਂ ਆਪਣੇ ਘਰ ਦੇ ਵਿੱਚ ਲੈ ਗਿਆ। ਮੇਰਾ ਮੁੰਡਾ ਹਜੇ ਛੋਟਾ ਸੀ, ਕਹਿਣ ਲੱਗਾ ਡੈਡੀ ਨੀ ਉਹਨੇ ਜਦੋਂ ਸਰਸੇ ਵਾਲੇ ਦੀਆਂ ਫੋਟੋਆਂ ਤੱਕ ਕਿਤੇ ਮੋਟਰਸਾਈਕਲ ਦੇ ਉੱਤੇ ਖਲੋਤਾ, ਕਿਤੇ ਕਿਸੇ ਤਰ੍ਹਾਂ ਦੇ ਪਾਪੜੇ ਪਖੰਡ ਦੇ ਬਣਾ ਕੇ ਭੇਖ ਬਣਾ ਕੇ ਫੋਟੋਆਂ ਖਿਚਾਈਆਂ। ਕਹਿਣ ਲੱਗਾ ਡੈਡੀ, ਮੈਂ ਹਾਂ ਪੁੱਤਰਾ, ਮੈਂ ਕਿਹਾ ਕੋਈ ਨਾ ਕੋਈ ਸੱਪ ਜ਼ਰੂਰ ਕੱਢੂਗਾ, ਕੋਈ ਨਾ ਕੋਈ ਗੱਲ ਜ਼ਰੂਰ ਕੱਢੂਗਾ। ਕਹਿਣ ਲੱਗਾ ਡੈਡੀ, ਕਹਿੰਦਾ ਮੈਂ ਉਹੀ ਨਹੀਂ ਕਹਿੰਦਾ ਜਿਹੜਾ ਜੇਲ੍ਹ ਦੇ ਵਿੱਚ ਗਿਰਿਆ ਪੁਸਲੇ ਨੂੰ ਫੜ ਕੇ ਥੋੜ੍ਹੇ ਦਿਨ ਹੋਏ ਸੀ। ਮੈਂ ਕਿਹਾ ਤੂੰ ਚੁੱਪ ਕਰਦਾ, ਥੋੜ੍ਹੀ ਜਿਹੀ ਰਿਸ਼ਤੇਦਾਰੀ ਦੀ ਗੱਲ ਹੈ, ਥੋੜ੍ਹੇ ਦੋ ਮਿੰਟ ਰੁਕ ਜਾ। ਤੇ ਅਸੀਂ ਉੱਥੋਂ ਮਹਾਵੀਰ ਦੇ ਸੀ ਅਗਲੇ ਘਰ ਜਾ ਕੇ ਫਿਰ ਆਉਂਦੇ ਹਾਂ। ਤੇਨੇ ਕਹਿੰਦਾ ਕਹਿੰਦਾ ਬੇਟੀ ਤੁਸੀਂ ਆਏ ਚਾਹ ਪਾਣੀ ਛੱਕ ਕੇ ਜਾਓ। ਤੇ ਤਾਂ ਉਹਨਾਂ ਨੇ ਧੱਕੇ ਨਾਲ ਚਾਹ ਬਣਾ ਲਈ, ਚਾਹ ਅਸੀਂ ਛੱਕਣ ਲੱਗੇ ਜੀ। ਜਦੋਂ ਚਾਹ ਛੱਕਣ ਲੱਗੇ ਤੇ ਮੈਂ ਮੁੰਡੇ ਨੇ ਫੇਰਾ ਕੇ ਕਹਿੰਦਾ ਕਿ ਡੈਡੀ ਇਹ ਉਹੀ ਸੰਤ ਹੈ, ਉਹੀ ਸਾਹਿਬ ਹੈ ਜਿਹੜਾ ਜੇਲ੍ਹ ਦੇ ਵਿੱਚ ਪਾਇਆ ਸੀ। ਮੈਂ ਪੁੱਤ ਹਾਂ ਉਹੀ ਹੈ। ਤੇ ਜਿਹੜੀ ਮੇਰੀ ਪਰਦਾਈ ਸੀ ਕਹਿੰਦੇ ਕਿ ਨਾ ਪੁੱਤ ਆਖ, ਕਹਿੰਦੀ ਹੈ ਨਾ ਆਖ। ਮੁੰਡੇ ਨੂੰ ਅੱਖ ਲੱਗੀ ਮੇਰੇ, ਕਹਿੰਦਾ ਡੈਡੀ ਕਿਉਂ? ਕਹਿੰਦੀ ਨਾ ਸਾਡਾ ਪਿਤਾ ਜੀ ਹੈ। ਕਹਿੰਦੇ ਕਿ ਸਾਡਾ ਪਿਤਾ ਉਹ ਸਰਬ ਤੋਂ ਡੁੱਬ ਕੇ ਮਾਜੋ ਜਿਹੜਾ ਸਾਡਾ ਅਸਲੀ ਬਾਪੂ, ਅਸੀਂ ਇਹਨੂੰ ਛੱਡ ਕੇ ਦੂਜਿਆਂ ਪਖੰਡੀਆਂ ਦੇ ਡੇਰੇ ਉੱਤੇ ਜਾਂਦੇ ਹਾਂ। ਹਾਲੇ ਵੀ ਦੁਨੀਆ ਪਤਾ ਨਹੀਂ ਕਿਉਂ ਉਹਦੇ ਡੇਰੇ ਉੱਤੇ ਜਾਂਦੀ ਹੈ। ਇਹਨਾਂ ਸਾਰਾ ਕੁਝ ਪਤਾ ਲੋਕਾਂ ਨੂੰ, ਉਹਨੇ ਕਿਹੜੇ ਕਿਹੜੇ ਕਾਰਨਾਮੇ ਕੀਤੇ ਨੇ, ਸਾਡੀਆਂ ਭੈਣਾਂ ਦੇ ਨਾਲ ਕਿਹੜੇ ਕਿਹੜੇ ਉਹ ਜਾਦੂ ਨੇ ਜ਼ੁਲਮ ਕੀਤੇ ਨੇ। ਆਖਿਰਕਾਰ ਮੈਂ ਉੱਥੋਂ ਜਿਹੜੀ ਚਾਹ ਕੁੱਟ ਪੀ ਕੇ ਛੱਡ ਕੇ ਆਦਰੇ ਘਰ ਦੇ ਵਿੱਚ ਚਲੇ ਗਿਆ। ਮੈਂ ਮੁੜ ਕੇ ਉਸ ਘਰ ਦੇ ਵਿੱਚ ਨਹੀਂ ਗਿਆ। ਇਹ ਕਹਿਣ ਦਾ ਭਾਵੇ ਹਾਲੇ ਵੀ ਆਪਣੇ ਬਾਪੂ ਨੂੰ ਛੱਡ ਕੇ ਲੋਕ ਦੂਜੇ ਪਾਸੇ ਜਾ ਰਹੇ ਨੇ। ਮੈਂ ਉਹਨਾਂ ਨੂੰ ਬੜਾ ਜ਼ੋਰ ਲਾਇਆ, ਮਹਾਵੀਰ ਜੀ ਤੁਸੀਂ ਨਾ ਜਾਓ, ਹੁਣ ਤਾਂ ਜੇਲ੍ਹ ਦੇ ਵਿੱਚ ਪਿਆ। ਉਹ ਕਹਿੰਦੇ ਨਹੀਂ, ਸਾਡਾ ਪਿਤਾ ਜੀ ਦੁਨੀਆਂ ਨੂੰ ਤਾਰਨ ਵਾਸਤੇ ਜੇਲ੍ਹ ਦੇ ਵਿੱਚ ਗਏ ਨੇ। ਉਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਮਹਾਰਾਜ ਦੀ ਰੀਸ ਕਰਦੇ ਨੇ, ਜਿਹਨਾਂ ਨੇ ਪਾਬੰਦਾਂ ਭਰੇ ਕੈਦੀਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕੈਦ ਕਰ ਛਡਾ ਕੇ ਲੈ ਕੇ ਆਏ ਸੀ। ਉਹਨਾਂ ਦੀ ਕਹਿੰਦੇ ਨਾ ਉਹ ਤਾਂ ਛਡਾਉਣ ਵਾਸਤੇ ਗਿਆ, ਉਹਨਾਂ ਨੂੰ ਹਾਲੇ ਵੀ ਭੇਖ ਦੇ ਵਿੱਚ ਬੈਠੇ ਨੇ। ਉਹ ਸੱਚੇ ਬਾਪੂ ਦੇ ਲੜ ਲੱਗੋ ਗੱਲ ਕਰ ਰਿਹਾ ਭਿੱਖ ਵਿਸ਼ਾ ਜੀ। ਕਹਿਣ ਲੱਗਾ ਮੈਂ ਚਲੋ ਤੁਹਾਨੂੰ ਦਰਸ਼ਨ ਕਰਾਉਣ ਵਾਸਤੇ ਲੈ ਕੇ ਚੱਲਾਂ। ਆਖਿਰਕਾਰ ਕਰਕੇ ਆਪਣੇ ਮਰੀਜ਼ਾਂ ਨੂੰ ਕੋਲ, ਕਰਕੇ ਆਪਣੇ ਚੇਲਿਆਂ ਨੂੰ ਕੋਲ, ਕਹਿਣ ਲੱਗਾ ਉਹ ਪਟਨਾ ਦੀ ਧਰਤੀ ਦੇ ਉੱਤੇ ਲੈ ਕੇ ਚੱਲਾਂ। ਫਿਰ ਭਿੱਖ ਵਿਸ਼ਾ ਜੀ ਨੇ ਆਪਣਾ ਚੇਲਾ ਸੱਦੇ ਦੇ ਕੋਲ ਸੱਦ ਕੇ ਪਟਨਾ ਸਾਹਿਬ ਦੀ ਧਰਤੀ ਦੇ ਵੱਲ ਰਵਾਨਾ ਹੋਣ ਵਾਸਤੇ ਕਰੀਏ ਦੀਦਾਰ ਇੱਕ ਵਾਰੀ ਦੀਦਾਰ ਕਰਨਾ ਆਇਆ ਪਟਨੇ
आखिरकार पीर भिखम शाह जी दर्शन करने के वास्ते बड़ा उतावला है, बड़ा मन दे विच कहि है। आखिरकार जदों बाल गोविंद राय पातशाह महाराज दे दर्शन कीते ने, नूरो नूर जिहड़ा दगदा करदा चेहरा तकिया, कह लगा हां इह ओही अल्लाह है, इह ओही ताला है जिहनूं मैं पंजे वक्त नमाज़ गुजार के याद करिया करदा सां, चिंता करिया करदा सां, दर्शन करन वास्ते आया सां। आखिरकार पीर भिखम शाह जी ने तीजे दिन दर्शन दीदारे करके बाल गोविंद राय पातशाह दे जिहड़े जन्म मन दे गेड़ कट्टे गए सन, कहिंदे कि तीजे दिन दर्शन कराए गए ने। आखिरकार पीर जी ने दर्शन दीदारे किए ने, दो गुज्जिया के उत्ते हाथ रखे ने, कह लगे ने गद गद हो गए। आखिरकार गुरु सिंह महाराज पाशा पट्टे होते गए ने, 15 मिनट रह गए ने। बाबा जी वालों हुकम होया, प्रधान साहब जी वालों माछी वाले का एक गीत आप जी के सामने पेश करांगा। गुरु गोबिंद सिंह पाशा महाराज गोविंद राय जी उम्र के नाम के नाल बड़े होते हो गए ने, समा बीतता गया, अज गुज्जे कल गुज्जे, समा बीतता गया। उस तरह कहते ने एक पटने दे रहने वाला पंडित शिवदत्ते, पंडित शिवदत्ते ने रोज उस नूं भगवान श्री कृष्ण पातशाह महाराज नूं याद करिया करता सी, कह लगा रामचंद्र नूं याद करिया करता सी, कृष्ण भगवान नूं याद करिया करता सी। बाल गोविंद राय पातशाह महाराज वड्डे हुंदे गए ने, बहुत कुछ खांदे गए ने। एक दिन की होया, जिहड़ी कृष्ण भगवान नूं याद करन वाला पंडित शिवदत्ते रोज की तरह मूर्ति अगे रखी हुई है, ओनू भोग लवाया करता सी, रोज की तरह भोग लवाया करता, चिंते करिया करता सी। कहिंदा महाराज बड़ा समा हो गया, दर्शन दीदारे दे दवो, आप दे दर्शनां नूं दसदा हां। बाल गोविंद राय पातशाह साहिब महाराज अपने हाणियां दे नाल खेडण वास्ते गंगा दे किनारे दे उत्ते जाया करदे सन, घाट दे उत्ते रोज जाया करदे सन। छोटियां छोटियां टोलियां बना लैणियां, तीर कमान बना लैणे, एक दूजे दे नाल लड़ाई करन दा बल गुरु गोबिंद सिंह महाराज ने छोटी उम्र तों सिख लिया सी। 5 साल दी उम्र सी उस समय, थोड़ी उम्र दे विच बाजे वाले प्रीतम महाराज किन्ने कारनामे करके ने, 42 साल दी उम्र दे विच किन्ने कारनामे करके दिखाए ने, किन्नी जरूरत रखीए। आखिरकार अपने साथियों नूं एक दूजे नाल लड़ाउण दा यत्न करिया करदे सन, झूठियां टोलियां बना के एक दूजे दे नाल लड़ाई करदे सन, उहनां नूं तीर अंदाजी बाल अंदाजी सिखाया करदे सन। कहिंदे ने एक दिन की होया, समा बीतदा गया। बाल गोविंद राय पातशाह महाराज रोज किनारे गंगा के किनारे घर जाना, रोज मुड़े आना पंडित नूं झात करके मुड़े आना, उस तरह रोज की तरह। एक दिन की होया, जदों बाल गोविंद राय पातशाह साहिब महाराज पंडित नूं झात करके मुड़ लगे ने, पंडित दी अख खुल गई, कहन लगा तू मैनूं रोज तंग करदा है, मेरी भगती दे विच बिघन पाउंदा है, मैं कृष्ण भगवान नूं याद करदा है, रामचंद्र नूं याद करदा है, तू मेरी भगती नूं भंग करदा है, खांदा कौन है? जदों आखिया खां कौन है तू इदां पाछा वल कीता ना, महाराज ने अपना एकदम रूप बदलया, कृष्ण भगवान दा रूप, रामचंद्र दा रूप दिखाया। ਪੰਡਿਤ ਸਿੰਘ ਤਾਂ ਚਰਨਾਂ ਦੇ ਉੱਤੇ ਟਹਿ ਪਿਆ, ਕਹਿਣ ਲੱਗਾ ਜੀ ਦੀ ਮੈਂ ਰੋਜ਼ ਦਰਸ਼ਨ ਕਰਦਾ ਆਰਾਧਨਾ ਕਰਿਆ ਕਰਦਾ ਸਾਂ, ਉਹਦੇ ਦਰਸ਼ਨ ਇੱਕ
ਕਾਲ ਦੇ ਵਿੱਚ ਹੋ ਗਏ ਨੇ ਬਾਜਾਂ ਵਾਲੇ ਪ੍ਰੀਤਮ ਮਹਾਰਾਜ ਨੇ ਜੇ ਬਹੁਤ ਛੋਟੇ ਹੁੰਦੇ ਹੀ ਕਰਨੇ ਸ਼ੁਰੂ ਕਰ ਦਿੱਤੇ ਸਨ। ਸਮਾਂ ਬੀਤਦਾ ਗਿਆ, ਕਹਿੰਦੇ ਫਤਿਹ ਚੰਦ ਦੀ ਰਾਣੀ ਮੈਣੀ ਰੋਜ਼ ਯਾਦ ਕਰਿਆ ਕਰ। ਜਦੋਂ ਇੰਨੀ ਗੱਲ ਹੋਈ ਕਹਿਣ ਲੱਗੇ ਨੇ ਰੋਜ਼ ਦੀ ਤਰ੍ਹਾਂ ਸਮਾਂ ਬੀਤਦਾ ਗਿਆ, ਆਖਿਰਕਾਰ ਕੀ ਹੋਇਆ? ਇਹ ਜਿਹੜੇ ਫਤਿਹ ਚੰਦ ਦੀ ਰਾਣੀ ਮੈਣੀ ਹੈ, ਬੜੀ ਧੰਨਵਾਦ ਹੈ, ਬੜਾ ਕੁਝ ਪੈਸਾ ਧਨ ਦੌਲਤ ਬੜਾ ਕੁਝ ਹੈ, ਮਹਿਲ ਮਾਲੀਆਂ ਨੇ, ਪਰ ਘਰ ਦੇ ਵਿੱਚ ਕੋਈ ਪੁੱਤ ਨਹੀਂ, ਕੋਈ ਧੀ ਨਹੀਂ। ਪੰਡਿਤ ਸਿੰਘ ਦੱਤ ਨੂੰ ਆਪਣਾ ਪ੍ਰਹੁਤ ਮੰਨਿਆ ਹੋਇਆ ਸੀ, ਆਪਣਾ ਪੂਜਨੀਕ ਮੰਨਿਆ ਹੋਇਆ ਸੀ। ਪੰਡਿਤ ਸਿੰਘ ਦੱਤ ਦੇ ਰੋਜ਼ ਦੀ ਤਰ੍ਹਾਂ ਚਰਨ ਤੋਂ ਆਇਆ ਕਰਦੇ ਸਨ। ਆਖਿਰਕਾਰ ਪੰਡਿਤ ਸਿੰਘ ਦੱਤ ਦੋ ਤਿੰਨ ਦਿਨ ਨਾ ਗਿਆ, ਦਰਸ਼ਨ ਕਰਕੇ ਬਾਅਦ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਦਾ ਹੋ ਗਿਆ। ਜਦੋਂ ਦੋ ਤਿੰਨ ਦਿਨ ਬਾਅਦ ਰਾਣੀ ਦੇ ਮਹਿਲਾਂ ਦੇ ਵਿੱਚ ਗਿਆ, ਰਾਣੀ ਕਹਿਣ ਲੱਗੀ, ਫਤਿਹ ਚੰਦ ਸ਼ਾਹ ਕਹਿਣ ਲੱਗਾ ਮਹਾਰਾਜ, ਪੰਡਿਤ ਜੀ ਆਪ ਜੀ ਦੋ ਤਿੰਨ ਦਿਨ ਨਹੀਂ ਹੋਏ ਆਏ ਹੋ, ਕੀ ਗੱਲ ਹੈ, ਕਿੱਥੇ ਰਹਿੰਦੇ ਹੋ? ਆਪ ਜੀ ਦੇ ਦਰਸ਼ਨਾਂ ਵਾਸਤੇ ਉਤਾਵਲੇ ਸਨ, ਦਰਸ਼ਨ ਕਰਨੇ ਚਾਹੁੰਦਾ ਸਾਂ। ਪੰਡਿਤ ਦੇ ਚਰਨ ਧਵਾਉਣ ਵਾਸਤੇ ਰਾਣੀ ਮੈਣੀ ਦੇ ਘਰ ਵਾਲਾ ਰਾਜਾ ਫਤਿਹ ਚੰਦ ਅੱਗੇ ਵਧਿਆ, ਪੰਡਿਤ ਨੇ ਆਪਣੇ ਚਰਨ ਇੱਕਦਮ ਪਿੱਛੇ ਹਟਾ ਲਏ ਨੇ। ਕਹਿਣ ਲੱਗਾ, ਨਹੀਂ ਇਹ ਚੰਨ ਨਾ ਧੋਏ, ਚੰਨ ਨਾ ਪੂਜੇ। ਕਹਿਣ ਲੱਗਾ, ਕੀ ਗੱਲ ਪੰਡਿਤ ਜੀ, ਕਿਉਂ ਨਾ ਪੂਜਾ ਤੇਰੇ ਚੰਨ, ਤੂੰ ਸਾਡਾ ਪ੍ਰੋਹਤ ਏ, ਤੂੰ ਸਾਡੀ ਕੁਲਦਾ ਹੈ, ਤੈਨੂੰ ਮੰਨਦੇ ਆ। ਕਹਿਣ ਲੱਗਾ, ਹਾਂ ਜਦੋਂ ਮੰਨਦੇ ਸਾਂ ਪਰ ਜਿਹਦੇ ਦਰਸ਼ਨ ਦੀਦਾਰੇ ਕਰਕੇ ਮੈਂ ਵੀ ਉਹਦੇ ਚਰਨਾਂ ਦੇ ਉੱਤੇ ਟਹਿ ਪਿਆ, ਉਹਦੇ ਦਰਸ਼ਨ ਦੀਦਾਰੇ ਰੋਜ਼ ਕਰਿਆ ਕਰੋ। ਕਹਿਣ ਲੱਗਿਆ, ਕੌਣ ਆ ਤੇਰੇ ਤੋਂ ਵੱਡਾ ਜਿਹਦੇ ਤੂੰ ਦਰਸ਼ਨ ਦੀਦਾਰੇ ਤੂੰ ਕਰਕੇ ਗਦਗਦ ਹੋ ਗਿਆ। ਕਹਿਣ ਲੱਗਾ, ਗੁਜਰੀ ਦਾ ਲਾਲ ਗੋਬਿੰਦ ਰਾਏ ਪਟਨੇ ਦੀ ਧਰਤੀ ਦਾ ਵਾਸੀ ਬਣ ਕੇ ਪਟਨੇ ਦੀ ਧਰਤੀ ਦੇ ਉੱਤੇ ਆਇਆ, ਮੈਂ ਵੀ ਬੜਾ ਚੀਰ ਆਰਾਧਨਾ ਕਰਦਾ ਰਿਹਾ, ਪਰ ਇੱਕ ਦਿਨ ਉਹਦੇ ਦਰਸ਼ਨ ਦੀਦਾਰੇ ਹੋ ਗਏ, ਉਹਦਾ ਹੋ ਕੇ ਬਹਿ ਗਿਆ। ਆਖਿਰਕਾਰ ਕਹਿਣ ਲੱਗੇ, ਕਿੱਥੇ ਰਹਿੰਦਾ? ਕਹਿਣ ਲੱਗਾ, ਉੱਥੇ ਰਹਿੰਦਾ ਹੈ। ਫਤਿਹ ਚੰਦ ਦੀ ਰਾਣੀ ਮੈਣੀ ਨੇ ਰੋਜ਼ ਅਰਦਾ ਕਰਦੀ ਸੀ ਗੁਰੂ ਸਿੰਘ ਪਾਤਸ਼ਾਹ ਮਹਾਰਾਜ ਨੂੰ, ਕਹਿਣ ਲੱਗੀ, ਆਓ ਕਦੀ ਮੇਰੀ ਗੋਦੀ ਦੇ ਵਿੱਚ ਬਹਿ ਜਾਓ, ਮੈਂ ਵੀ ਆਪ ਜੀ ਨੂੰ ਤਰਸਦੀ ਹਾਂ, ਆਪ ਵੀ ਮੇਰਾ ਪੁੱਤਰ ਬਣ ਕੇ ਮੇਰੀ ਗੋਦੀ ਦੇ ਵਿੱਚ ਬਹਿ ਜਾਓ। ਕਿਸੇ ਸ਼ਾਹ ਨੇ ਬੜੀ ਸੋਹਣੀ ਗੱਲ ਕੀ, ਉਹ ਕਹਿੰਦਾ, ਖੁਦਾ ਮਨਜ਼ੂਰ ਕਰਦਾ ਹੈ ਦੁਆ ਜੋ ਦਿਲ ਸੇ ਹੋਤੀ ਹੈ, ਮੁਸ਼ਕਲ ਤੋਂ ਇਹ ਹੈ ਬੜੀ ਮੁਸ਼ਕਲ ਸੇ ਹੋਤੀ ਹੈ। ਅਰਦਾਸ ਕਰਨ ਦਾ ਸਾਨੂੰ ਢੰਗ ਤਰੀਕਾ ਆਉਣਾ ਚਾਹੀਦਾ ਹੈ। ਫਤਿਹ ਚੰਦ ਦੀ ਰਾਣੀ ਮੈਣੀ ਰੋਜ਼ ਦੀ ਤਰ੍ਹਾਂ ਅਰਦਾਸ ਕਰਿਆ ਕਰਦੀ ਸੀ ਬਾਲ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਨੂੰ, ਕਹਿਣ ਲੱਗੀ, ਮੇਰੀ ਗੋਦੀ ਦੇ ਵਿੱਚ ਬਹਿ ਜਾਓ, ਮੈਂ ਵੀ ਮਾਂ ਬਣਨਾ ਚਾਹੁੰਦੀ ਹਾਂ, ਮੈਂ ਵੀ ਨਿੱਘ ਮਾਨਣਾ ਚਾਹੁੰਦੀ ਹਾਂ ਆਪਣੇ ਪੁੱਤਰ ਦਾ, ਮੇਰਾ ਪੁੱਤਰ ਮੇਰੀ ਗੋਦੀ ਦੇ ਵਿੱਚ ਬਹਿ ਜਾਏ। ਕਿਸੇ ਸ਼ਾਹ ਨੇ ਬੜੀ ਸੋਹਣੀ ਗੱਲ ਆਖੀ, ਕਹਿਣ ਲੱਗੇ, ਸ਼ਰੀਕ ਜਦੋਂ ਘਰ ਦੇ ਵਿੱਚ ਨਾ ਧੀ ਪੁੱਤਰ ਹੋਵੇ ਨਾ ਸ਼ਰੀਕ ਵੀ ਬੋਲੀਆਂ ਮਾਰਦੇ, ਉਹ ਕਹਿੰਦਾ, ਬੋਲੀ ਮੈਂ ਸ਼ਰੀਕ ਦੀ ਫੱਟ ਤਲਵਾਰ ਦਾ। ਜਦੋਂ ਸ਼ਰੀਕ ਬੋਲੀ ਮਾਰਦਾ ਨਾ, ਤਲਵਾਰ ਦੇ ਫੱਟ ਤੋਂ ਵੀ ਗਹਿਰਾ ਜ਼ਖਮ ਪੈ ਜਾਂਦਾ ਸਰੀਰ ਦੇ ਵਿੱਚ। ਬੋਲੀ ਵਾਹ ਸ਼ਰੀਕ ਦੀ ਫੱਟ ਤਲਵਾਰ ਦਾ ਕਾਲ ਦੇ ਨੂੰ ਜਾਵੇ ਜਿਵੇਂ ਸੱਪ ਡੰਗ ਮਾਰਦਾ। ਕਹਿਣ ਲੱਗੇ ਨੇ, ਜਿਹੜੀ ਬੋਲੀ ਦਾ ਫੱਟ ਨਹੀਂ ਮਿਲਦਾ, ਤਲਵਾਰਾਂ ਦੇ ਘਾਹ ਮਿਲ ਜਾਇਆ ਕਰਦੇ ਨੇ। ਆਖਿਰਕਾਰ ਫਤਿਹ ਚੱਲਦੀ ਰਾਣੀ ਮੈਣੀ ਰੋਜ਼ ਅਰਦਾ ਕਰਦੀ ਏ, ਉਹਨਾਂ ਦੀ ਅਰਦਾਸ ਨੂੰ ਪੂਰ ਪਾਉਣ ਵਾਸਤੇ ਬਾਲ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਫਤਿਹ ਚੱਲਦੀ ਰਾਣੀ ਮੈਣੀ ਦੀ ਗੋਦੀ ਦੇ ਵਿੱਚ ਬਹਿ ਕੇ ਸਨ ਆ ਕੇ। ਆਖਿਰਕਾਰ ਕਹਿਣ ਲੱਗੇ, ਮਾਂ ਅੱਖਾਂ ਖੋਲ, ਮਾਂ ਅੱਖਾਂ ਖੋਲ। ਕਹਿੰਦੀ, ਨਹੀਂ ਮੈਂ ਨਹੀਂ ਖੋਲਦੀ, ਤੂੰ ਰੋਜ਼ ਆ ਜਾਂਦਾ ਗੋਦੀ ਦੇ ਵਿੱਚ, ਉੱਠ ਕੇ ਲੰਘ ਜਾਂਦਾ, ਮੇਰੀ ਅੱਖਾਂ ਖੋਲ ਕੇ, ਮੇਰੇ ਅੱਖਾਂ ਦੇ ਵਿੱਚ ਕੁਝ ਨਹੀਂ ਹੁੰਦਾ, ਗੋਦੀ ਦੇ ਵਿੱਚ ਕੁਝ ਨਹੀਂ। ਬਾਲਾ ਪ੍ਰੀਤਮ ਕਹਿਣਗੇ, ਨਹੀਂ ਮਾਂ ਤੂੰ ਅੱਖਾਂ ਖੋਲ, ਮੈਂ ਤੇਰੀ ਗੋਦੀ ਦੇ ਵਿੱਚ ਆ। ਕਹਿਣ ਲੱਗੀ, ਨਹੀਂ ਖੋਲਦੀ। ਕਹਿਣ ਲੱਗਾ, ਮਾਂ ਇੱਕ ਵਾਰ ਅੱਖਾਂ ਖੋਲ ਕੇ ਤਾਂ ਤੱਕ ਮੇਰੇ ਵੱਲ। ਰਾਣੀ ਮੈਣੀ ਨੇ ਜਦੋਂ ਅੱਖਾਂ ਖੋਲੀਆਂ, ਬਾਲ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਗੋਦੀ ਦੇ ਵਿੱਚ ਬੈਠੇ ਨੇ। ਆਖਿਰਕਾਰ ਰਾਣੀ ਮੈਣੀ ਗਦ ਗਦ ਹੋ ਗਈ ਏ, ਕਹਿਣ ਲੱਗੀ, ਮੈਂ ਤੈਨੂੰ ਰੋਜ਼ ਦਰਸ਼ਨ ਦੀਦਾਰੇ ਕਰਨਾ ਚਾਹੁੰਦੀ ਸਾਂ, ਤੇਰੇ ਦਰਸ਼ਨ ਪਾਉਣਾ ਚਾਹੁੰਦੀ ਸਾਂ, ਤੂੰ ਆ ਗਿਆ, ਮੇਰੀ ਜ਼ਿੰਦਗੀ ਤੰਗ ਹੋ ਗਈ, ਮੇਰੇ ਘਰ ਦੇ ਵਿੱਚ ਵੀ ਤੇਰੇ ਜਿਹਾ ਪੁੱਤਰ ਹੋਵੇ। ਕਹਿਣ ਲੱਗੀ, ਤੇਰੇ ਜਿਹਾ ਪੁੱਤਰ ਹੋਵੇ। ਬਾਜੇ ਵਾਲੇ ਪ੍ਰੀਤਮ ਕਹਿਣ ਲੱਗੇ, ਮਾਂ ਮੇਰੇ ਜਿਹਾ ਤਾਂ ਮੈਂ ਹੀ ਆ, ਫਿਰ ਦੂਜਾ ਕੋਈ ਨਹੀਂ ਸੁਣਿਆ ਸੀ, ਮੇਰੇ ਜਿਹਾ ਮੈਂ ਹੀ ਆ। ਆਖਿਰਕਾਰ ਦੁਨੀਆਂ ਦੇ ਉੱਤੇ ਕਹਿੰਦੇ ਨੇ, ਦੋ ਮਾਵਾਂ ਹੋਈਆਂ ਨੇ, ਇੱਕ ਧਰਮ ਦੀ ਤੇ ਇੱਕ ਜਨਮ ਦੀ। ਜਿਹੜੀ ਜਨਮ ਦੇਣ ਵਾਲੀ ਮਾਂ ਆ, ਉਹਦਾ ਦਿਨ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ, ਭਾਵੇਂ ਜਿੰਨੇ ਵੀ ਜਨਮ ਲੈ ਲਈਏ, ਪਰ ਉਹਦਾ ਜਨਮ ਦੇਣ ਅਸੀਂ ਨਹੀਂ ਦੇ ਸਕਦੇ। ਪਰ ਜਿਹੜੀ ਧਰਮ ਦੀ ਮਾਂ ਨੇ, ਜਨਮ ਦੇਣ ਵਾਲੀ ਮਾਂ, ਜਨਮ ਦੇ ਕੇ ਤੁਰ ਜਾਵੇ, ਪਾਲਣ ਵਾਲੀ ਮਾਂ ਉਹ ਤੋਂ ਵੀ ਵੱਡੀ ਹੋ ਜਾਂਦੀ ਹੈ, ਜਿਹੜੀ ਆਪਣੀ ਗੋਦ ਦੇ ਵਿੱਚ ਲੈ ਕੇ ਬੱਚੇ ਨੂੰ ਪਾਲਦੀ। ਉਹ ਧਰਮ ਦੀ ਮਾਂ ਹੁੰਦੀ ਹੈ, ਇੱਕ ਜਨਮ ਦੀ ਮਾਂ ਹੁੰਦੀ ਹੈ। ਕੱਲ ਕੱਲ ਤੋਂ ਮੇਰੀਆਂ ਦੋ ਮਾਵਾਂ ਨੇ, ਇੱਕ ਧਰਮ ਦੀ ਮਾਂ, ਇੱਕ ਜਨਮ ਦੀ ਮਾਂ। ਕੱਲ ਵੀ ਦਸ ਪੁੱਤਰਾ ਕੀ ਖਾਵੇਗਾ? ਕਹਿਣ ਲੱਗਾ, ਜਿਹੜਾ ਰਸੋਈ ਦੇ ਵਿੱਚ ਘੁੰਗੜੀਆਂ ਦਾ ਪ੍ਰਸਾਦ ਬਣਾਇਆ ਪਿਆ, ਛੋਲੇ ਘੁੰਗੜੀਆਂ ਉਹ ਛਕਾਂਗਾ। ਅੱਜ ਵੀ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਉਸੇ ਤਰ੍ਹਾਂ ਬਣਦਾ ਪਿਆ ਹੈ। ਗਰੀਬ
ਧੰਨਵਾਦ ਨੇ ਕਿਰਪਾ ਕੀਤੀ। ਆਖਰਕਾਰ ਸਮਾਂ ਬੀਤਦਾ ਗਿਆ, ਰਾਣੀ ਬਾਣੀ ਗੱਦ ਗੱਦ ਹੋ ਗਈ, ਸਮਾਂ ਹੋਇਆ। ਕੱਲ ਹੀ ਤਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਏ ਨੇ, ਕਿਉਂਕਿ 10 ਮਿੰਟ ਰਹਿ ਗਏ ਨੇ ਆਪਣੇ ਸਮੇਂ ਦੇ ਨਾਲ ਜਾਣ ਦਾ। ਯਾਤਰਾ ਕਰਾਂ 2:30 ਤੋਂ 3:30 ਵਜੇ ਤੱਕ ਜਗਾਦਰੀ ਜਾ ਕੇ ਕਮਾਣੀ ਚੌਂਕ ਦੇ ਕੋਲ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਸੇਵਾ ਕਰਦੀ ਹੈ 2:30 ਵਜੇ ਉੱਥੇ ਦਾ ਸਮਾਂ ਹੈ। ਜਦੋਂ ਇੰਨੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਉਪਕਾਰ ਜਿਹੜੇ ਸਾਡੇ ਉੱਤੇ ਕੀਤੇ ਅਸੀਂ ਨਹੀਂ ਭੁੱਲ ਸਕਦੇ। ਕਿਸੇ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ, ਉਹ ਕਹਿੰਦਾ ਚੱਲੇ ਦੁੱਖ ਤੇ ਸਮੇਸਰੇ ਦੇ ਇਸ ਬਦਲੇ ਫਕਰ ਬਾਦ ਦੇ ਵਿੱਚ ਸੁੱਖਾ ਸਾਰੇ ਦੇ ਦੋ ਕਰਾਂ ਦਾ ਬਣਾ ਮੁੱਕ ਪੈਣਾ ਸੁੱਟੇ ਫੈਸਲਾ ਪੰਜਾਬੀ ਆਰੇ ਤੇ 10 ਕਰੋੜ ਕਰੋਨਾ ਦੇ ਵਿੱਚ ਸਰਸਾ ਖਾਲੀ ਲਾ ਕੇ ਪਾਰ ਕਿਨਾਰੇ ਤੇ ਉਹ ਜਾਂਦੇ ਭੁੱਲ ਸੰਸਾਰ ਦੇ ਦੁੱਖ ਚਿੰਮਾ ਕਲਗੀ ਵਾਲੇ ਦੇ ਕੀਤੇ ਦਿਦਾਰਿਆਂ ਤੇ ਆਪਣੇ ਪਰਿਵਾਰ ਨੂੰ ਬਾਰ ਕੇ ਚਮਕੌਰ ਸਾਹਿਬ ਦੀ ਧਰਤੀ ਤੋਂ ਹੁੰਦੇ ਹੋਏ ਕਈਆਂ ਥਾਵਾਂ ਨੂੰ ਕਹਿੰਦੇ ਨੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਜਾ ਪੁੱਜੇ ਨੇ। ਮਾਛੀਵਾੜੇ ਦੇ ਜੰਗਲ ਜਾ ਕੇ ਸੁੱਤੇ ਨੇ, ਜਦੋਂ ਪਤਾ ਲੱਗਿਆ ਹਵਾਵਾਂ ਨੂੰ ਵੀ ਪਤਾ ਲੱਗਿਆ ਹਵਾਵਾਂ ਕਹਿੰਦੀ ਨਹੀਂ ਸੁਣ ਦਿਓ, ਰੱਜ ਰੱਜ ਕੇ ਸੁਣ ਦਿਓ, ਬੜਾ ਸਮਾਂ ਹੋ ਗਿਆ ਇਹਨੂੰ ਤਕਲੀਫਾਂ ਚੱਲ ਰਹੀਆਂ ਨੇ, ਬੜਾ ਸਮਾਂ ਹੋ ਗਿਆ ਸੀ ਅਨੰਦਪੁਰ ਸਾਹਿਬ ਤੋਂ ਪੂਰੇ ਆਏ ਨੂੰ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਪਰਿਵਾਰ ਸਾਡੇ ਉੱਤੇ ਵਾਰ ਕੇ ਸਾਨੂੰ ਆਪਣਾ ਪੁੱਤਰ ਬਣਾ ਕੇ ਬਾਜਾਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪੁੱਤਰ ਬਣਾਇਆ। ਸਾਨੂੰ ਜ਼ੁਲਮ ਜ਼ਾਲਮਾਂ ਨੇ ਉਹਨਾਂ ਦੇ ਨਾਲ ਬੜੇ ਅਨਿਆਏ ਕੀਤੇ, ਪਰ ਤਾਂ ਕਲਗੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਤਲਵਾਰ ਦੇ ਜੋਹਰ ਦੇ ਨਾਲ ਇਹ ਜੰਗ ਜਿੱਤਣੇ 14 ਲੜਾਈਆਂ ਲੜੀਆਂ, 14 ਹੀ ਲੜਾਈਆਂ ਸੰਪੂਰਨ ਕੀਤੀਆਂ ਨੇ, ਪੂਰੀਆਂ ਹੋਈਆਂ ਨੇ। ਆਖਰਕਾਰ ਪਾਤਸ਼ਾਹ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਰ ਕੇ ਆਪਣੇ ਪਰਿਵਾਰ ਨੂੰ ਮਾਛੀ ਵਾਲੇ ਦੇ ਜੰਗਲ ਵਿੱਚ ਸੋ ਰਹੇ ਨੇ, ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕਹਿਣ ਲੱਗੇ ਨੇ ਉਸ ਅਕਾਲ ਪੁਰਖ ਮਹਾਰਾਜ ਦੀ ਸਿੱਖ ਸਭਾ ਦੇ ਵਿੱਚ ਬਾਜਾ ਵਾਲੇ ਪ੍ਰੀਤਮ ਮਹਾਰਾਜ ਮਾਛੀ ਵਾਲੇ ਦੀ ਧਰਤੀ ਦੇ ਉੱਤੇ ਜਿਵੇਂ ਸੁੱਤੇ ਨੇ ਜਿਵੇਂ ਆਰਾਮ ਕਰ ਰਹੇ ਨੇ ਆਪਣਾ ਪਰਿਵਾਰ ਵਾਰ ਕੇ ਉਸ ਸਮੇਂ ਦੀ ਲਾਸਟ ਆਈਟਮ ਇੰਟਰਨੈਸ਼ਨਲ ਗੋਲਡ ਮੈਡਲਿਸਟ ਅਧਿਕਾਰ ਤੇ ਗਏ ਜਸਵੰਤ ਸਿੰਘ ਬਰਾਲੇ ਦੇ ਸਾਥੀ ਦੇ Thank you.
अकाल पुरख महाराज माछी वाले जंगल शुकराना किताब पूरे पाउण मग दिए कह लगे रज रज के सो लैन दे अड़िए ना छेड़ी माही नूं कह लगी बड़ा समा हो गया लहू लुहान वगदा पिया है जमा लीरो लीर होया है जिहड़ा दमाला सी ओह भी महाराजा उड़दिया होया सी माछी वाले दे जंगल विच आके आराम कर लगे सन जदों गुलाबे अते पंजाबे नूं पता लगा उन्होंने अपने इस बाग दे विचों लैके कलगीधर पातशाह गुरमुखी महाराज नूं अपने घर दे विच लैके आराम करन वास्ते रखे सी कुछ समां पर कहिंदे ने वक्त बड़ा बलवान है ਮਾਰੇ ਪਾਉਣ ਦੋਸਤੀ ਭਗਤ ਪਿਆ ਤੋਂ ਮੁੱਖ ਪਵਾ ਜਾਂਦੇ ਸਿਵਰਾਮਾ ਦੇ ਰੱਬ ਨਾਲ ਰਹੇ ਲੋਕੇ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਆਖਿਰਕਾਰ ਗੁਲਾਬੇ ਅਤੇ ਪੰਜਾਬੇ ਦੋਵੇਂ ਭਰਾਵਾਂ ਨੇ ਕਲਗੀਧਰ ਪਾਤਸ਼ਾਹ ਗੁਰਮੁਖੀ ਮਹਾਰਾਜ ਨੂੰ ਕੁਛ ਸਮਾਂ ਆਪਣੇ ਘਰ ਰੱਖ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਜਾਓ ਇੱਥੋਂ ਜਾਵੋ ਕਿਉਂਕਿ ਪਾਤਸ਼ਾਹ ਔਰੰਗਜ਼ੇਬ ਦਾ ਹੁਕਮ ਸੀ ਕਹਿਣ ਲੱਗੇ ਨੇ ਜਿ
बड़े आखिरकार वजीद खान ने बड़े डरावे दिते सन, उन्होंने भी कह लगे तुम इन्हों छो दो, कहते नहीं वजीद खान मुड़ के कलगीधर पातशाह गुरु सिंह महाराज का प्रकाश पुरब ही सप लिया उन्होंने दसी हुई गलों के उ कहानियों के उ चलेंगे उन्हें दसी हुई बातों के उत्ते असी असर करांगे। इहदा मनाना भी ताही सफला हुंदा है, नहीं सुन के चले जाना सने पेटा लेके आपां अपने घर नूं चले जाना, तुसीं लंगर प्रसादा छक के अपने घर नूं चले जाना, पर घर दे विच जाके याद रखो भी टाडियां ने की बोलिया सी, रागियां ने की आखिया सी, साडा भी बोलना ताही सफला। डेढ़ घंटा असीं भी बोले हां, जे तुहाने जाके तुहानूं कदम च ए नहीं पता होगा भी की आखिया सी की नहीं आखिया सी, फिर साडा बोलण दा भी कोई फायदा नहीं इसका। इस करके दोवें हथ जोड़ के बेनती है मेरिया मातावां नूं भैणां नूं वीरां नूं बजुर्गां नूं जिन्हें भी गुरु दरबार के विच आए ने सारयां नूं दोवें हथ जोड़ के बेनती है वध तों वध गुरु दरबार के विच आया करो, वध तों वध गुरु महाराज नाल प्यार करन दा यात्रा करया करो। बाबा जी कोलों कोई गलबात पुछणी ग्रंथी सीगा आप जी दे कोल हाजर ने, इन्हां दे कोलों कोई गलबात भी पुछ सकदे आ, इतिहास पुछ सकदे आ। सारी गुरद्वारा प्रबंधक कमेटी का बहुत बहुत धन्यवाद, मातावां भैणां वीर बजुर्गां साहिबानां का बहुत बहुत धन्यवाद, इत्थे दे हैड ग्रंथी साहिबान बाबा सोहन सिंह साहब जी, प्रधान साहब छबील सिंह जी, सरदार दलेर सिंह जी, सरदार जरनैल सिंह जी, सारे गुरद्वारा प्रबंधक कमेटी गुरद्वारा किलागढ़ साहब वाले का सारे का बहुत बहुत धन्यवाद। धन्यवाद करता हाँ जी ए एस टी वी छछरौली वाले वीर का बहुत बहुत धन्यवाद, जिन्होंने ये सारा प्रसंग रिकॉर्ड करके देशों विदेशों की धरती जिथे भी मेरे वीर मोबाइल चला रहे नैट के युग उन्होंने कोल पहुँचाउण दा यतन किया। गरीब नवाज कृपा करे वीर सिर के उत्ते मेहर भरिया हाथ रखे, होरियां भुला चुका दी स्कीम साउंड वाले वीर का भी धन्यवाद करता जिन्हों का बड़ा वधिया साउंड है, कृपा करे गरीब नवाज इसे तरह इन्हों तंदुरुस्तियां बख्शे।
ਦਿਨ ਜੁਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ। ਸਾਥ ਦੇ ਰਹੇ ਸਨ ਢਾਡੀ ਰਵਿੰਦਰ ਵੀਰ ਸਿੰਘ ਬੀ ਏ, ਸੰਗੀ ਪਦਕ ਪਾਈ ਸੀ ਪ੍ਰਦੀਪ ਸਿੰਘ ਬੀ ਏ, ਇੱਧਰ ਢਾਡੀ ਨਿਰਮਲ ਸਿੰਘ ਨਿਵਾਣਾ। ਇਹ ਦੋਵੇਂ ਪਿਓ ਪੁੱਤ ਨੇ। ਗਰੀਬ ਨਮਾਜ ਕਿਰਪਾ ਕਰੇ ਘਰ ਦੇ ਵਿੱਚ ਪਿਆਰ ਏਕਾ ਇਤਫਾਕ ਬਖਸ਼ੇ। ਆਪ ਜੀ ਦਾ ਨਿਮਾਣਾ ਅਰਦਾਸ ਢਾਡੀ ਜਸਵੰਤ ਸਿੰਘ ਬੜਾਣਾ, ਪਿੰਡ ਬੜਾਣਾ, ਜ਼ਿਲ੍ਹਾ ਮੋਹਾਲੀ। ਪੰਜ ਵਾਰ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਾਣ ਦਾ ਸਮਾਂ ਮਿਲਿਆ ਹੈ। ਦੋ ਵਾਰ ਗੋਲਡ ਮੈਡਲਾਂ ਦੇ ਨਾਲ ਸਨਮਾਨ ਕੀਤਾ ਗਿਆ ਆਪ ਵਰਗੀਆਂ ਰਿੰਗ ਸਿੱਖ ਸੰਗਤਾਂ ਦਾ। ਬਹੁਤ ਬਹੁਤ ਧੰਨਵਾਦ, ਕੋਟਾਂ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਨਿੱਘੀ ਗੋਦ ਵਿੱਚ ਖੜ ਕੇ ਕੁਝ ਕਹਿਣ ਦਾ ਯਤਨ ਕੀਤਾ। ਜਿਹੜੀਆਂ ਗੱਲਾਂ ਚੰਗੀਆਂ ਲੱਗੇ ਆਪਣੇ ਘਰ ਲੈ ਜਾਣਾ, ਨਹੀਂ ਚੰਗੀਆਂ ਲੱਗੀਆਂ ਦਾਸ ਦੀ ਝੋਲੇ ਦੇ ਵਿੱਚ ਪਾਉਣ ਦਾ ਯਤਨ ਕਰਨਾ, ਤਾਂ ਕਿ ਅਗਲੀ ਵਾਰ ਫਿਰ ਆਪਦੀ ਸੇਵਾ ਦੇ ਵਿੱਚ ਹਾਜ਼ਰ ਹੋ ਸਕੀਏ। ਅਤੇ ਧੰਨਵਾਦ ਕਰਦਾ ਹਾਂ ਵੀਰ ਰਾਜਪ੍ਰੀਤ ਸਿੰਘ ਜੀ ਦਾ, ਜਿਨ੍ਹਾਂ ਨੇ ਹੁਕਮ ਲਾ ਕੇ ਡੇਢ ਕੁ ਮਹੀਨਾ ਹੋ ਗਏ ਤਕਰੀਬਨ ਹੁਕਮ ਲਾਇਆ ਸੀ। ਕਹਿੰਦੇ ਬਾਬਾ ਜੀ ਤੁਸੀਂ ਐਤਕੀ ਵੀ ਸੇਵਾ ਨਿਭਾਉਣੀ ਹੈ, ਪਿਛਲੇ ਸਾਲ ਵੀ ਸੇਵਾ ਨਿਭਾਈ, ਐਤਕੀ ਵੀ ਸੇਵਾ ਨਿਭਾਈ। ਪਹਿਲਾ ਜਿਹੜਾ ਪ੍ਰੋਗਰਾਮ ਸੀ 10 ਤੋਂ 11:30 ਕਪਾਲ ਮੋਚਨ ਲਾ ਕੇ ਆਏ ਹਾਂ, ਦੂਜਾ ਆਪਦੀ ਦੇ ਕੋਲੇ, ਤੀਜਾ ਯਮਨਾ ਨਗਰ ਕਮਾਣੀ ਚੌਂਕ ਦੇ ਕੋਲ ਜਾ ਕੇ ਲਾਉਣਾ ਹੈ। ਗਰੀਬ ਨਵਾਜ ਕਿਰਪਾ ਕਰੇ ਸਿਰ ਦੇ ਉੱਤੇ ਮੇਹਰ ਪ੍ਰਾਇਤ ਰੱਖੇ, ਹੋਇਆ ਭੁੱਲਾ ਚੁੱਕਾ ਦੀ ਖਿਮਾ, ਆਓ ਪਿਆਰ ਦੇ ਵਿੱਚ ਚੱਕ ਕੇ ਚੁਕਾਵੋ ਸੀਸ, ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਧੰਨਵਾਦ ਆਪ ਜੀ ਨੂੰ ਇਤਿਹਾਸ ਦੇ ਬਾਰੇ ਜਾਣਕਾਰੀ ਕਰਾਏ। ਵੈਸੇ ਇਹ ਇਤਿਹਾਸ ਇੰਨਾ ਵੱਡਾ ਹੈ ਕਿ ਇਸ ਇਤਿਹਾਸ ਦਾ ਕਿਣਕਾ ਮਾਤਰ ਵੀ ਅਸੀਂ ਐਕਸਪਲੇਨ ਨਹੀਂ ਕਰ ਸਕਦੇ, ਜੇ ਵਿਆਖਿਆ ਨਹੀਂ ਕਰ ਸਕਦੇ, ਪਰ ਫਿਰ ਵੀ ਆਪ ਨੂੰ ਜੋ ਜਾਣੂ ਕਰਾਇਆ। ਹੁਣ ਮੈਂ ਇਤਿਹਾਸ ਵੱਲ ਨਾ ਜਾਵਾਂ, ਇੱਕ ਪ੍ਰਸੰਗ ਰਹੀ ਆਪ ਜੀ ਨੂੰ ਮੈਂ ਇਹ ਦੱਸਣਾ ਚਾਹੁੰਦਾ ਗੁਰਬਾਣੀ ਦਾ, ਕਿ ਇੱਕ ਵਾਰੀ ਕੀੜਿਆਂ ਨੂੰ ਇੱਕ ਮਿਸ਼ਰੀ ਦਾ ਢੇਲਾ ਮਿਲਿਆ। ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ, ਕਿਸੇ ਉਦਾਹਰਣ ਲਈ ਬੰਦਾ ਅਗਰ ਸਮਝੇ ਤਾਂ ਜਲਦੀ ਸਮਝ ਆ ਜਾਂਦੀ ਹੈ। ਇੱਕ ਵਾਰੀ ਕੀੜਿਆਂ ਨੂੰ ਮਿਸ਼ਰੀ ਦਾ ਢੇਲਾ ਮਿਲਿਆ, ਉਹ ਕੀੜੇ ਉਸ ਮਿਸ਼ਰੀ ਦੇ ਢੇਲੇ ਨੂੰ ਚੰਬੜ ਗਏ। ਜਦੋਂ ਉਹਦਾ ਟੇਸਟ, ਉਹਦਾ ਸਵਾਦ ਚੱਖਿਆ, ਉਹਦੇ ਚ ਬੜੀ ਮਿਠਾਸ ਆਈ, ਔਰ ਜਦੋਂ ਮਿਠਾਸ ਆਈ ਤੇ ਕਹਿਣ ਲੱਗਿਆ ਆਨੰਦ ਆ ਗਿਆ, ਬਹੁਤ ਮਿਠਾਸ ਹੈ। ਉਹਨਾਂ ਨੇ ਕੁਝ ਹੋਰ ਕੀੜਿਆਂ ਨੂੰ ਵੀ ਸੱਦਾ ਦਿੱਤਾ, ਸਾਰਿਆਂ ਨੂੰ ਬੁਲਾ ਲਿਆ, ਸਾਰੇ ਇਕੱਠੇ ਹੋ ਕੇ ਉਸ ਮਿਸ਼ਰੀ ਦੇ ਢੇਲੇ ਨੂੰ ਚੰਬੜ ਗਏ। ਹੁਣ ਮੇਰਾ ਤਾਂ ਨਹੀਂ ਆ, ਕੁਝ ਕੀੜੇ ਕਹਿਣ ਲੱਗੇ ਕਿ ਸਾਨੂੰ ਤਾਂ ਮਿਠਾਸ ਆਈ, ਤੁਸੀਂ ਕਹਿੰਦੇ ਹੋ ਸਾਨੂੰ ਮਿਠਾਸ ਆਈ। ਉਸ ਤੋਂ ਮਗਰੋਂ ਦੂਸਰੇ ਕੀੜੇ ਕਹਿਣ ਲੱਗੇ ਸਾਨੂੰ ਤਾਂ ਬੜੀ ਮਿਠਾਸ ਆਈ, ਤੁਹਾਨੂੰ ਕਿਵੇਂ ਨਹੀਂ ਆਈ। ਉਹ ਆਪਸ ਵਿੱਚ ਥੋੜੀ ਆਰਗੂਮੈਂਟ ਜੀ ਹੋਈ, ਬਹਿਸ ਮੁਬਾਸਾ ਹੋਇਆ, ਤੇ ਉਹਨਾਂ ਨੇ ਕਿਹਾ ਕਿ ਕਿਸੇ ਸਿਆਣੇ ਕੀੜੇ ਨੂੰ ਪਤਾ ਪੁੱਛਿਆ ਜਾਏਗਾ। ਕਿਸੇ ਸਿਆਣੇ ਕੋਲ ਗਏ ਤੇ ਉਹਨਾਂ ਨੇ ਉਹਨਾਂ ਨੂੰ